ਸਿੰਗਰ ਤੇ ਲਿਰਿਸਿਸਟ ਅਰਜਨ ਢਿੱਲੋਂ ਦੇ ਫੈਨਸ ਲਈ ਖਾਸ ਅਪਡੇਟ ਆਈ ਸਾਹਮਣੇ। ਜੀ ਹਾਂ, ਅਰਜਨ ਢਿੱਲੋਂ ਦੇ ਫੈਨਸ ਲਈ ਸਪੈਸ਼ਲ ਅਪਡੇਟ ਸਾਹਮਣੇ ਆ ਚੁੱਕੀ ਹੈ। ਅਰਜਨ ਢਿੱਲੋਂ ਦੇ ਗੀਤਾਂ ਨੇ ਬਣਾ ਦਿੱਤਾ ਇੱਕ ਹੋਰ ਰਿਕਾਰਡ। ਜੀ ਹਾਂ, ਰੀਸੈਂਟਲੀ ਅਰਜਨ ਢਿੱਲੋਂ ਦੇ ਗੀਤਾਂ ਨੇ ਇੱਕ ਰਿਕਾਰਡ ਬਣਾਇਆ ਆਡੀਓ ਪਲੈਟਫਾਰਮ ਸਪੋਟੀਫਾਈ ਦੇ ਉੱਤੇ। ਦਰਅਸਲ ਸਪੋਟੀਫਾਈ ਆਡੀਓ ਪਲੈਟਫਾਰਮ ਦੇ ਉੱਤੇ ਅਰਜਨ ਢਿੱਲੋਂ ਦੇ ਗੀਤਾਂ ਨੇ ਪੂਰੇ ਕੀਤੇ ਨੇ 1 ਬਿਲੀਅਨ ਸਟ੍ਰੀਮਸ। ਜੀ ਹਾਂ, 1 ਬਿਲੀਅਨ ਸਟ੍ਰੀਮਸ ਪੂਰੇ ਕਰ ਚੁੱਕੀ ਹੈ ਅਰਜਨ ਢਿੱਲੋਂ ਦੇ ਗੀਤਾਂ ਦੀ ਲਿਸਟ, ਜੋ ਕਿ ਹੈ ਆਡੀਓ ਪਲੈਟਫਾਰਮ ਸਪੋਟੀਫਾਈ ਦੇ ਉੱਤੇ। ਇਸ ਦੇ ਵਿੱਚ ਅਸੀਂ 1 ਬਿਲੀਅਨ ਤੋਂ ਵੀ ਪਲੱਸ ਸਟ੍ਰੀਮਸ ਦੇਖ ਸਕਦੇ ਹਾਂ, ਜਿਸ ਦੇ ਵਿੱਚ ਕਰੀਬ 1.7 ਮਿਲੀਅਨ ਡੇਲੀ ਦੇ ਨਾਲ ਇਹ ਸਟ੍ਰੀਮਸ ਦੇ ਵਿੱਚ ਵਾਧਾ ਹੋ ਰਿਹਾ। ਅਰਜਨ ਢਿੱਲੋਂ ਦਾ ਇੱਕ ਨਵਾਂ ਰਿਕਾਰਡ ਸੈੱਟ ਹੋ ਚੁੱਕਿਆ ਹੈ। ਅਰਜਨ ਢਿੱਲੋਂ ਪੰਜਾਬੀ ਗਾਇਕੀ ਦਾ, ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਬਹੁਤ ਵੱਡਾ ਨਾਮ ਹੈ ਅਤੇ ਹੁਣ ਉਹਨਾਂ ਨੇ ਇਹ ਰਿਕਾਰਡ ਬਣਾ ਕੇ ਸਾਬਿਤ ਕਰ ਦਿੱਤਾ ਕਿ ਵਾਕਈ ਅਰਜਨ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੋਪ ਸਿੰਗਰਸ ਇਨ ਟੋਪ ਰੇਸਿਸ ਦੇ ਵਿੱਚ ਇੱਕ ਆਉਂਦੇ ਨੇ। ਅਰਜਨ ਢਿੱਲੋਂ ਐਜ਼ ਐਨ ਆਰਟਿਸਟ ਆਪਣਾ ਨਾਮ ਇਸਟੈਬਲਿਸ਼ਡ ਕਰ ਚੁੱਕੇ ਨੇ ਅਤੇ ਅਰਜਨ ਢਿੱਲੋਂ ਨੇ ਆਪਣੇ ਕਰੀਅਰ ਦੇ ਵਿੱਚ ਬੇਸ਼ੁਮਾਰ ਸੁਪਰ ਹਿੱਟ ਗੀਤ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਾਫੀ ਵੱਡੇ ਗੀਤ ਸ਼ਾਮਿਲ ਨੇ। ਅਰਜਨ ਢਿੱਲੋਂ ਨੇ ਜਦੋਂ ਗਾਇਕੀ ਦੀ ਸ਼ੁਰੂਆਤ ਕੀਤੀ ਉਦੋਂ ਤੋਂ ਹੀ ਦਰਸ਼ਕ ਉਹਨਾਂ ਦੇ ਗੀਤਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਅਤੇ ਉਹਨਾਂ ਨੇ ਅੱਜ ਇੱਕ ਵੱਡਾ ਨਾਮ ਬਣਾ ਲਿਆ। ਹੁਣ 1 ਬਿਲੀਅਨ ਸਟ੍ਰੀਮਸ ਕੰਪਲੀਟ ਹੋਣ ਦੇ ਨਾਲ ਅਰਜਨ ਢਿੱਲੋਂ ਨੇ ਇੱਕ ਹੋਰ ਨਵਾਂ ਰਿਕਾਰਡ ਬਣਾਇਆ। ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਅਰਜਨ ਢਿੱਲੋਂ ਨੇ ਆਪਣੇ ਗੀਤਾਂ ਦੇ ਉੱਤੇ 1 ਬਿਲੀਅਨ ਸਟ੍ਰੀਮਸ ਹਾਸਲ ਕਰ ਲਈਆਂ ਨੇ। ਤੁਹਾਡਾ ਇਸ ਦੇ ਲਈ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਅਰਜਨ ਢਿੱਲੋਂ ਆਪਣੇ ਫੈਨਸ ਦੇ ਲਈ ਵੱਖ ਵੱਖ ਗੀਤ ਤੇ ਐਲਬਮ ਲੈ ਕੇ ਆਉਂਦੇ ਰਹਿੰਦੇ ਨੇ, ਜਿਨ੍ਹਾਂ ਨੂੰ ਦਰਸ਼ਕ ਬੇਸ਼ੁਮਾਰ ਪਿਆਰ ਵੀ ਦਿੰਦੇ ਨੇ। ਤੁਹਾਡਾ ਇਸ ਸੰਬੰਧੀ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਅਰਜਨ ਢਿੱਲੋਂ ਦੇ ਗਾਏ ਗੀਤਾਂ ਵਿੱਚੋਂ ਫੇਵਰੇਟ ਕਿਹੜਾ ਹੈ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਵੈਲ, ਅਰਜਨ ਢਿੱਲੋਂ ਨੇ ਹੁਣ ਇੱਕ ਨਵਾਂ ਰਿਕਾਰਡ ਬਣਾਇਆ ਹੈ, ਜਦਕਿ ਉਹਨਾਂ ਨੇ 1 ਬਿਲੀਅਨ ਸਟ੍ਰੀਮਸ ਪੂਰੀਆਂ ਕੀਤੀਆਂ ਨੇ। ਅਜਿਹਾ ਕਰਨ ਵਾਲੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਘੱਟ ਸਿੰਗਰਸ ਨੇ ਜਿਨ੍ਹਾਂ ਦੀਆਂ ਸਪੋਟੀਫਾਈ ਆਡੀਓ ਪਲੈਟਫਾਰਮ ਦੇ ਉੱਤੇ 1 ਬਿਲੀਅਨ ਸਟ੍ਰੀਮਸ ਪੂਰੀਆਂ ਹੋਈਆਂ ਨੇ। ਹੁਣ ਅਰਜਨ ਢਿੱਲੋਂ ਨੇ ਵੀ ਇਹਨਾਂ ਟੌਪ ਸਿੰਗਰਸ ਦੇ ਵਿੱਚ ਆਪਣਾ ਨਾਮ ਲੈ ਆਂਦਾ ਹੈ। ਸੋ ਅਰਜਨ ਢਿੱਲੋਂ ਦੇ ਫੈਨਸ ਲਈ ਕਾਫੀ ਖਾਸ ਅਪਡੇਟ ਹੈ ਤੇ ਲੋਕ ਇਸ ਅਪਡੇਟ ਨੂੰ ਸ਼ੇਅਰ ਵੀ ਕਰ ਰਹੇ ਨੇ। ਬਸ ਤੁਸੀਂ ਵੀ ਆਪਣੀਆਂ ਸਕਰੀਨਸ ਤੇ ਵੇਖ ਸਕਦੇ ਹੋ ਕਿ ਕਿਵੇਂ 1 ਬਿਲੀਅਨ ਸਟ੍ਰੀਮਸ ਦਾ ਜਿਹੜਾ ਸਕਰੀਨਸ਼ਾਟ ਹੈ ਉਹ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਿਹਾ। ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।